ਅੱਜ ਸਾਡੇ ਜਿਹੜੇ ਲੀਜੈਂਡ ਆ, ਸਹੀ ਮਹੀਨੇ ਦੇ ਵਿੱਚ ਦੇਖਿਆ ਜਾਵੇ, ਜਿਹੜੇ ਆਪਣੀ 80 ਸਾਲ ਦੀ ਉਮਰ ਭੋਗ ਕੇ ਅੱਜ ਆਪਣੇ ਗ੍ਰਹਿ 'ਚ ਇੱਕ ਬਹੁਤ ਹੀ ਪਵਿੱਤਰ ਰੂਹ ਦੀ ਤਰ੍ਹਾਂ ਸਦਾ ਲਈ ਅਲਵਿਦਾ ਕਹਿ ਗਏ, ਉਸ ਵੇਲੇ ਉਹਨਾਂ ਦੇ ਸਤਿਕਾਰਯੋਗ ਧਰਮਪਤਨੀ ਨਾਲ ਸਨ। ਅਤੇ ਅੱਜ ਸਾਡੇ ਪੰਜਾਬ ਸੂਬੇ ਲਈ ਇੱਕ ਉਹ ਸ਼ੋਕ ਦੀ ਲਹਿਰ ਦਾ ਦਿਨ ਆਇਆ ਆ, ਕਿਉਂਕਿ ਜਿਹੜੇ ਅਲਫਾਜ਼, ਸੱਭਿਆਚਾਰ, ਕਲਚਰ, ਵਿਰਾਸਤ ਔਰ ਸਾਰਿਆਂ ਨਾਲੋਂ ਵੱਡੀ ਜਿਹੜੀ ਸ਼ਖਸੀਅਤ ਸਾਡੇ ਬਹੁਤ ਹੀ ਸਤਿਕਾਰਯੋਗ ਹੈ, ਮੈਂ ਤਾਂ ਕਹੂੰਗਾ ਭਾਰਤ ਦੇ ਵਿੱਚ ਨਹੀਂ ਸਮੁੱਚੇ ਸੰਸਾਰ ਵਿੱਚ ਇੱਕ ਇੱਕ ਪੰਜਾਬੀ ਦੀ ਜਿਹੜਾ ਸਤਿਕਾਰ ਸਹਿਤ ਜਿਨ੍ਹਾਂ ਨੂੰ ਸੀਗਾ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਸਾਹਿਬ, ਉਹ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ ਨੇ। ਉਹ ਇੱਕ ਉਹ ਇਨਸਾਨ ਨੇ, ਮੈਂ ਅੱਜ ਵਰਣਨਯੋਗ ਤੁਹਾਡੇ ਨਾਲ ਇੱਕ ਸਾਂਝ ਕਰਨਾ ਚਾਹੁੰਦਾ ਹਾਂ, ਜਿਸ ਦਿਨ ਉਹਨਾਂ ਨੂੰ ਬਤੌਰ ਚੇਅਰਮੈਨ ਪੰਜਾਬ ਆਰਟਸ ਕੌਂਸਲ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਪਿਛਲੀ ਵਜ਼ਾਰਤ ਦੇ ਵਿੱਚ, ਉਸ ਇਨਸਾਨ ਤੋਂ ਸਿੱਖਣ ਵਾਲੀ ਗੱਲ ਸੀ। ਉਹ ਕਹਿੰਦੇ ਸੀਗੇ, ਮੈਂ ਖੁਦ ਚੱਲ ਕੇ ਆ ਜਾਵਾਂਗਾ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਮੈਂ ਤਾਂ ਕਹਿੰਦਾ ਅੱਜ ਕੋਈ ਸ਼ਬਦ ਹੈ ਨਹੀਂ ਗੇ, ਪਰਮਾਤਮਾ ਕਰੇ ਉਹਨਾਂ ਦਾ ਜਿਹੜਾ ਆਸ਼ੀਰਵਾਦ ਆ ਉਹਨਾਂ ਦੇ ਦੋਨੋਂ ਸੁਪੁੱਤਰ ਅੰਕੁਰ ਅਤੇ ਮਨਰਾਜ ਪਾਤਰ 'ਤੇ ਬਣਿਆ ਰਹੇ। ਅੱਜ ਇੱਕ ਬਹੁਤ ਹੀ ਸਾਡੇ ਲਈ ਦੁਖਦਾਈ ਖਬਰ ਹੈ, ਡਾਕਟਰ ਸੁਰਜੀਤ ਪਾਤਰ, ਜੋ ਕਿ ਮੈਨੂੰ ਲੱਗਦਾ ਇੱਕ ਲੈਜੈਂਡ ਹੈ, ਅਨਫੋਰਚੁਨੇਟਲੀ ਉਹ ਸਾਡੇ ਨਾਲ ਹੁਣ ਨਹੀਂ ਰਹੇ। ਉਹ ਰਾਤ ਨੂੰ ਸੁੱਤੇ ਸੀਗੇ ਅਤੇ ਸਵੇਰੇ ਉਹ ਨਹੀਂ ਜਾਗੇ। ਸੋ ਬਹੁਤ ਹੀ ਦੁਖਦਾਈ ਇਹ ਖਬਰ ਹੈ ਅਤੇ ਪਰਿਵਾਰ ਨਾਲ ਅਸੀਂ ਹੈਗੇ ਹੈ, ਬਸ ਥੈਂਕ ਯੂ ਵੈਰੀ ਮਚ। ਸਰਕਾਰ ਵੱਲੋਂ ਕੋਈ ਅਨਾਊਂਸਮੈਂਟ ਸਾਹਿਬ ਵੱਲੋਂ APS ਬਰਾੜ, ਅਪਮਿੰਦਰਪਾਲ ਸਿੰਘ ਬਰਾੜ, ਪ੍ਰੋਫੈਸਰ ਡਿਪਾਰਟਮੈਂਟ ਆਫ ਪੈਥੋਲੋਜੀ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ। ਬਹੁਤ ਹੀ ਵੱਡਾ ਜੀ, ਇਹਨੂੰ ਹਰ ਕੋਈ ਮਹਿਸੂਸ ਕਰੇਗਾ, ਜੋ ਵੀ ਪੰਜਾਬੀ ਜ਼ੁਬਾਨ ਦੇ ਨੇੜੇ ਤੇੜੇ ਹੈ, ਜੋ ਵੀ ਪੰਜਾਬੀ ਅੱਖਰ ਨੂੰ ਪਹਿਚਾਣਦਾ ਹੈਗਾ, ਉਹ ਪਾਤਰ ਸਾਹਿਬ ਦਾ ਜਿਹੜਾ ਜਾਣ ਦਾ ਜਿਹੜਾ ਇਹ ਦੁੱਖ ਹੈ ਉਹਨਾਂ ਲਈ ਅਸਹਿ ਹੋਵੇਗਾ, ਬਹੁਤ ਵੱਡਾ ਦੁੱਖ ਹੈ। ਇਸ ਨੂੰ ਮਹਿਸੂਸ ਹਰ ਕੋਈ ਕਰੇਗਾ ਜਿੱਥੇ ਵੀ ਕਿਤੇ ਬੈਠਾ ਹੈਗਾ, ਵੱਡੇ ਤੋਂ ਵੱਡਾ ਬੰਦਾ, ਨਿੱਕੇ ਤੋਂ ਨਿੱਕਾ ਬੰਦਾ, ਜਿਸਦਾ ਵੀ ਪੰਜਾਬੀ ਭਾਸ਼ਾ ਦੇ ਨਾਲ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਵਾਹ ਪਿਆ ਹੈਗਾ, ਉਹ ਉਹਨਾਂ ਦੀ ਸੋਚ ਦੀ ਜਿਹੜੀ ਵਿਸ਼ਾਲਤਾ ਸੀ, ਉਹਨਾਂ ਦੇ ਅੱਖਰਾਂ ਦੀ, ਉਹਨਾਂ ਦੇ ਸ਼ਬਦਾਂ ਦੀ ਜਿਹੜੀ ਵਿਸ਼ਾਲਤਾ ਸੀ, ਉਹਨਾਂ ਦੀ ਥਾਂ ਨਹੀਂ ਪਾਈ ਜਾ ਸਕਦੀ। ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਜਿਵੇਂ ਜਿਵੇਂ ਲੋਕਾਂ ਨੂੰ ਸਮਝ ਲੱਗੂਗੀ, ਉਹ ਉਹਨਾਂ ਦੇ ਸਰੋਤੇ ਵੱਧਦੇ ਹੀ ਜਾਣੇ ਹੈ। ਇਹ ਨਹੀਂ ਵੀ ਉਹ ਇਸ ਵਕਤ ਉਹਨਾਂ ਦੇ ਸਰੋਤੇ ਵੱਧ ਸੀ, ਸਾਰਿਆਂ ਨਾਲੋਂ ਉਹਨਾਂ ਦੇ ਸਰੋਤੇ, ਉਹਨਾਂ ਦੇ ਸੁਣਨ ਵਾਲੇ, ਉਹਨਾਂ ਨੂੰ ਪੜ੍ਹਨ ਵਾਲੇ ਆਉਣ ਵਾਲੇ ਸਮਿਆਂ ਦੇ ਵਿੱਚ, ਆਉਣ ਵਾਲੇ ਦਹਾਕਿਆਂ ਦੇ ਵਿੱਚ ਕਈ ਗੁਣਾ ਵਧਣੇ ਹੈਗੇ ਹੈ, ਕਿਉਂਕਿ ਜਿਵੇਂ ਜਿਵੇਂ ਉਹ ਲੋਕਾਂ ਨੂੰ ਉਹਨਾਂ ਦੀਆਂ ਗੱਲਾਂ ਸਮਝ ਲੱਗਣੀਆਂ ਹੈਗੀਆਂ, ਥੱਲੇ ਤੱਕ ਪਹੁੰਚਣੀਆਂ ਹੈਗੀਆਂ, ਹਰ ਇੱਕ ਪਿੰਡ ਦੀ ਗਲੀ ਦੇ ਘਰ ਦੇ ਵਿੱਚ ਪਹੁੰਚਣੀਆਂ ਹੈਗੀਆਂ, ਤਾਂ ਉਸ ਨੂੰ ਉਹਨਾਂ ਦੇ ਉਹ ਗਏ ਸਾਡੇ ਕੋਲ ਸਰੀਰਕ ਰੂਪ 'ਤੇ ਚਲੇ ਗਏ ਹੈ, ਪਰ ਜੋ ਉਹਨਾਂ ਨੇ ਲਿਖਿਆ ਉਹ ਸਾਡੇ, ਉਹਨਾਂ ਦੇ ਸ਼ਬਦ ਸਾਡੇ 'ਚ ਜਿਉਂਦੇ ਰਹਿਣਗੇ, ਅਤੇ ਉਹ ਜਿਹੜੇ ਸ਼ਬਦ ਹੈਗੇ ਆ ਉਹਨਾਂ ਨੂੰ ਸਾਡੇ ਪੰਜਾਬੀਆਂ ਦੇ ਵਿੱਚ ਉਹ ਜਿਉਂਦਾ ਰੱਖਣਗੇ। ਧੰਨਵਾਦ।